ਕੱਲ ਪੂਰੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜਿਹੜਾ ਹੈ ਬੰਦ ਹੋ ਜਾਊਗਾ ਪਰ ਫਿਲਹਾਲ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਹੈਗੀਆਂ ਨੇ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਜਿਹੜਾ ਵਧਾ ਦਿੱਤਾ ਗਿਆ ਹੈ ਕਿਉਂਕਿ ਪ੍ਰਚਾਰ ਜ਼ਿਆਦਾ ਹੋਣ ਦੇ ਕਾਰਨ ਲਗ ਤੱਕ ਪਿੰਡਾਂ ਦੇ ਵਿੱਚ ਵਿਚਰਿਆ ਜਾ ਰਿਹਾ ਅੱਜ ਅਸੀਂ ਮੌਜੂਦ ਹਾਂ ਪਿੰਡ ਮੋਣ ਕੇ ਹਤਾੜ ਵਿਖੇ ਵਰਦੀਪ ਸਿੰਘ ਮਾਨ ਦਾ ਪਰਿਵਾਰਿਕ ਮੈਂਬਰ ਇੱਥੇ ਮੌਜੂਦ ਨੇ ਪਿੰਡ ਦੇ ਵਿੱਚ ਡੋਰ ਡੋਰ ਪ੍ਰਚਾਰ ਕੀਤਾ ਜਾ ਰਿਹਾ ਜਾਂਦਿਆਂ ਪਿਛਲੇ ਕਈ ਮਹੀਨਿਆਂ ਤੋਂ ਪਿੰਡਾਂ ਦੇ ਵਿੱਚ ਵਿਚਰ ਰਹੇ ਸੀ ਆਖਰੀ ਪੜਾ ਤੇ ਹੈਗਾ ਪ੍ਰਚਾਰ ਵੱਡਾ ਕਾਫਲਾ ਹੈਗਾ ਕੀ ਮੰਨਦੇ ਹੋ ਬਹੁਤ ਬਹੁਤ ਖੁਸ਼ ਹੈ ਜੀ ਮੈਂ ਬਹੁਤ ਵਰਕਰਾਂ ਦਾ ਪਿਆਰ ਮਿਲ ਰਿਹਾ ਅੱਜ ਮੋਨ ਕੀ ਹਠਾੜ ਪਹੁੰਚੇ ਹੋਏ ਹੈ ਜੀ ਮੈਂ ਮਿਸਿਸ ਮਾਨ ਨਰਿੰਦਰ ਕੌਰ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਵਰਦੇਸ਼ ਸਿੰਘ ਮਾਨ ਨੂੰ ਅਕਾਲੀ ਦਲ ਤੋਂ बसपा ਦੇ ਸਾਂਝੇ ਉਮੀਦਵਾਰ ਕਰਕੇ ਐਲਾਨੇ ਗਿਆ ਜੀ ਸਾਡੀ 10 ਸਾਲਾਂ ਦੀ ਮਿਹਨਤ ਹੈ ਸਾਡੀ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ ਜੀ 100% ਜਿੱਤ ਸਾਡੀ ਮਾਨ ਸਾਹਿਬ ਦੀ ਨਿਸ਼ਚਿਤ ਹੈ ਜੀ ਕੱਲ ਪ੍ਰਚਾਰ ਕੱਲ ਤੱਕ ਹੈਗਾ ਹੈ ਪ੍ਰਚਾਰ ਥਮ ਜਾਊਗਾ ਉਸ ਤੋਂ ਬਾਅਦ ਅਗਲਾ ਪੜਾਅ ਕੀ ਹੋਗਾ ਬਿਲਕੁਲ ਜੀ ਲੋਕਾਂ ਦੇ ਨਾਲ ਵਿਚਰਾਂਗੇ ਸੇਵਾ ਕਰਾਂਗੇ ਤੁਹਾਨੂੰ ਪਤਾ ਹੀ ਹੈ ਅਕਾਲੀ ਸਰਕਾਰ ਮਾਨ ਸਾਹਿਬ ਲੋਕਾਂ ਵਿੱਚ 10 ਸਾਲਾਂ ਤੋਂ ਵਿਚਰਦੇ ਆਏ ਹੈ ਜੀ ਅਸੀਂ ਕਦੇ ਵੀ ਕਿਸੇ ਦਾ ਸਾਥ ਨਹੀਂ ਛੱਡਿਆ ਹਮੇਸ਼ਾ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਆ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਲਕੇ ਦੇ ਪੂਰੇ ਦਿਨਾਂ ਦੇ ਵਿੱਚ ਕਾਫੀ ਪਿੰਡਾਂ 'ਚ ਗਏ ਹੈਗੇ ਉਹ ਲੋਕਾਂ ਦਾ ਕੀ ਹੰਗਾਰਾ ਰਿਹਾ ਹੈਗਾ ਕੋਈ ਮੰਗਾਂ ਵੀ ਰਹੀਆਂ ਹੈਗੀਆਂ ਵੀ ਆ ਸਾਡੇ ਕੰਮ ਨਹੀਂ ਹੋਏ ਜੇ ਪਿੱਛੇ 10 ਸਾਲ ਤੁਹਾਡੀ ਵੀ ਸਰਕਾਰ ਰਹੀ ਆ ਸਾਡੇ ਨਾਲ ਕਿਸੇ ਦਾ ਕੋਈ ਰੋਸਾ ਨਹੀਂ ਜੀ ਜੋ ਇਥੋਂ ਮਤਲਬ ਪਹਿਲਾਂ ਰਾਣਾ ਸਾਹਿਬ ਕਾਂਗਰਸ ਦੀ ਸਰਕਾਰ ਸੀ ਜੀ ਰੋਸਾ ਉਹਨਾਂ ਨਾਲ ਹੈ ਬਿਲਕੁਲ ਜ਼ੀਰੋ ਵਿਕਾਸ ਹੋਇਆ ਜੀ ਸਾਰੇ ਨੇ ਉਮੀਦਾਂ ਅਕਾਲੀ ਦਲ ਤੇ ਮਾਨ ਸਾਹਿਬ ਤੇ ਰੱਖੀਆਂ ਹੋਈਆਂ ਸੋ ਅਸੀਂ ਪਤਾ ਹੀ ਹੈ ਬਸ ਇੱਕੋ ਸਰਕਾਰ ਹੈ ਮਾਨ ਸਾਹਿਬ ਹੈ ਜੋ ਪਿੰਡਾਂ ਦਾ ਵਿਕਾਸ ਕਰਦੇ ਆ ਅਕਾਲੀ ਦਲ ਸਰਕਾਰ ਬਾਦਲ ਸਾਹਿਬ ਸਰਕਾਰ ਲੋਕਾਂ ਦੀ ਹਰ ਵਰਗ ਦੀ ਸਰਕਾਰ ਹੈ ਜੀ ਕੰਬੋਜ਼ ਬਰਾਤੀ ਦੇ ਅੱਜ ਇਹ ਪਿੰਡ ਹੈਗੇ ਜਿਹੜੇ ਪਿੰਡਾਂ ਤੁਸੀਂ ਦੌਰਾ ਕਰ ਰਹੇ ਹੈਗੇ ਉਹ ਇਹਨਾਂ ਲੋਕਾਂ ਦਾ ਕੀ ਹੁਗਾਰ ਹੈ ਬਿਲਕੁਲ ਜੀ 100% ਲੋਕ ਸਾਡੇ ਨਾਲ ਖੜੇ ਹੈ ਜੀ ਪਿੰਡ ਦਾ ਤੁਸੀਂ ਦੇਖ ਹੀ ਰਿਹਾ ਹੈ ਘੱਟ ਤੋਂ ਅੰਦਾਜ਼ਾ ਲਾਇਆ ਹੁਣੇ ਬਿਲਕੁਲ 100% ਵੋਟ ਅਸੀਂ ਮੌਂਡ ਕੇ ਠੜ ਤੋਂ ਲੈ ਕੇ ਨਿਕਲਾਂਗੇ ਜੀ ਮੈਡਮ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਹੈਗੇ ਆ ਸਰਕਾਰ ਆ ਜਾਂਦੀ ਹੈ ਤੁਹਾਡੀ ਤੁਸੀਂ ਜਿੱਤ ਕੇ ਚਲੇ ਜਾਂਦੇ ਹੋ ਹਲਕੇ ਦੇ ਲੋਕਾਂ ਲਈ ਕਿਹੜੇ ਕੰਮ ਹੈਗੇ ਜਿਹੜੇ ਤੁਸੀਂ ਕਰੋਗੇ ਬਿਲਕੁਲ ਅਸੀਂ ਕਿਤੇ ਨਹੀਂ ਜਾਂਦੇ ਜੀ ਅਸੀਂ ਇੱਥੋਂ ਦੇ ਗੁਰੂਰਸਾਹਿਬ ਦੇ ਲੋਕਲ ਰਹਿਣ ਵਾਲੇ ਆ ਪਤਾ ਹੈ ਸਾਰਿਆਂ ਨੂੰ ਦੇ ਮਤਲਬ ਜੋ ਅਸੀਂ ਗੁਰੂਰਸਾਹਿਬ ਲੋਕਰ ਹੈਸ਼ ਰੱਖੀ ਹੋਈ ਹੈ ਪਹਿਲਾਂ ਵੀ ਅਸੀਂ ਬਿਲਕੁਲ ਨਾਲ ਖੜੇ ਸੀ ਤੇ ਅੱਜ ਵੀ ਨਾਲ ਖੜਾਂਗੇ ਵਿਕਾਸ ਬਹੁਤ ਕਰਨਾ ਜੀ ਬਹੁਤ ਜ਼ਰੂਰੀ ਹੈ ਵਿਕਾਸ ਕਰਨਾ ਹੈ ਪਹਿਲਾਂ ਇੱਥੇ 0% ਕਮ ਹੋਇਆ ਜੀ ਸਾਰੇ ਕੰਮ ਅਕਾਲੀ ਦਲ ਬਾਦਲ ਸਰਕਾਰ ਵਿੱਚ ਹੋਏ ਆ ਮਾਨ ਸਾਹਿਬ ਨੇ ਮਤਲਬ ਦੋ ਵਾਰ ਹਾਰ ਦਾ ਸਾਹਮਣਾ ਦੇਖਿਆ ਤਦ ਵੀ ਲੋਕਾਂ ਦੇ ਨਾਲ ਖੜੇ ਹੈ ਜੀ ਬਹੁਤ ਵਿਕਾਸ ਕਰਵਾਇਆ ਅਕਾਲੀ ਦਲ ਸਰਕਾਰ ਵਿੱਚ ਯੰਗ ਹੈਗੇ ਹੋ ਲਗਾਤਾਰ ਨਾਲ ਰਹੇ ਹੋ ਅਸੀਂ ਹੋਰ ਵੀਡੀਓ ਜੀ ਤੁਹਾਨੂੰ ਦੇਖਿਆ ਗਿਆ ਕੀ ਲੱਗਿਆ ਤੁਹਾਨੂੰ ਲੋਕਾਂ ਦੇ ਵਿੱਚ ਇੱਕ ਤਜਰਬਾ ਆਇਆ ਕੱਲ ਬਾਦ ਕਰਨ ਦਾ ਤਰੀਕਾ ਮਿਲਿਆ ਕੀ ਮਾਹੌਲ ਰਿਹਾ ਦੇਖੋ ਜੀ ਸਾਨੂੰ ਯੂਥ ਦਾ ਬਹੁਤ ਹੀ ਜ਼ਿਆਦਾ ਵੋਟ ਐਂਡ ਸਪੋਰਟ ਮਿਲ ਰਹੀ ਆ ਸਾਡੇ ਨਾਲ ਸਾਰਾ ਹੀ ਯੂਥ ਹੈਗਾ ਔਰ ਅਵੇਅਰ ਵੀ ਆ ਔਰ ਉਹ ਸਿਰਫ ਤੇ ਚਾਹੁੰਦਾ ਕੀ ਹੈ ਸਿਰਫ ਤੇ ਸਿਰਫ ਅਕਾਲੀ ਸਰਕਾਰ ਤਸਵੀਰਾਂ ਦਿਖਾ ਦਿੰਨੇ ਆ ਕਾਫਲਾ ਜਿਹੜਾ ਹੈ ਕਾਫੀ ਵੱਡਾ ਹੈ ਮੋਣ ਕੇ ਹਥਾੜ ਦੀਆਂ ਤਸਵੀਰਾਂ ਹੈਗੀਆਂ ਨੇ ਕਾਫੀ ਪਿੰਡ ਦੇ ਲੋਕ ਵੀ ਨਾਲ ਨੇ ਲੇਡੀਜ਼ ਪਿੰਡ ਦੇ ਨਾਲ ਹੈਗੇ ਆ ਪ੍ਰਚਾਰ ਕੀਤਾ ਜਾ ਰਿਹਾ ਕੱਲ ਜਿਹੜਾ ਪ੍ਰਚਾਰ ਹੈ ਪੂਰੇ ਪੰਜਾਬ ਦੇ ਵਿੱਚ ਥੰਮ ਜਾਣਾ ਹੈਗਾ ਪ੍ਰਚਾਰ ਬੰਦ ਹੋ ਜਾਣਾ ਜਿਸ ਨੂੰ ਲੈ ਕੇ ਜਿਸ ਨੂੰ ਲੈ ਕੇ ਵੱਡੀ ਜੜੀ ਹੈਗੀ ਹੈ ਸ਼ਮੂਲੀਅਤ ਕੀਤੀ ਜਾ ਰਹੀ ਹੈ ਪਿੰਡ ਵਾਸੀ ਜਿੰਦਾਬਾਦ ਅਕਾਲੀ ਵਰਕਰਾਂ ਦੇ ਵਿੱਚ ਜੋਸ਼ ਹੈਗਾ ਯੂਥ ਦੇ ਮੁੰਡੇ ਹੈਗੇ ਆ ਫੇਸਬੁੱਕ ਤੇ ਬਹੁਤ ਕੁਝ ਲਿਖਦੇ ਹੋ ਵਰਦੇ ਮਾਨ ਵਾਰੇ ਕੀ ਲੱਗਦਾ ਬਿਲਕੁਲ ਵਰਦੇਵ ਸਿੰਘ ਮਾਨ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਆਪ ਵਾਲੇ ਬੜੇ ਦਾਅਵੇ ਕਰਦੇ ਆ ਕਹਿੰਦੇ ਸੀਟ ਅਸੀਂ ਜਿੱਤ ਰਹੇ ਆ ਤੁਸੀਂ ਕਹਿੰਦੇ ਆਜੋ ਅਸੀਂ ਖੜੇ ਆ ਤੁਹਾਡਾ ਫੇਸਬੁੱਕ ਤੇ ਕਾਫੀ ਕੁਝ ਦੇਖਦੇ ਆਂ ਬਿਲਕੁਲ ਖੜੇ ਆ ਜੀ ਸਾਡੇ ਯੂਥ ਖੜੇ ਐ ਪੜੇ ਲਿਖੇ ਮੁੰਡੇ ਖੜੇ ਐ ਜਿਹੜੇ ਪੜੇ ਐ ਜਿਨ੍ਹਾਂ ਨੂੰ ਪਤਾ ਹੈ ਕਿ ਕਿਦਾਂ ਫੰਡ ਕਿੱਥੋਂ ਐਮਐਲਏ ਤੋਂ ਚੱਲ ਕੇ ਕਿਵੇਂ ਮੈਂਬਰ ਪੰਚਾਇਤ ਤੱਕ ਪਹੁੰਚਦਾ ਹੈ ਜਿਨ੍ਹਾਂ ਨੂੰ ਐਮਐਲਏ ਦਾ ਪੂਰਾ ਫੁੱਲ ਫਾਰਮ ਨਹੀਂ ਪਤਾ ਉਹ ਦਾਅਵੇ ਕਰਦੇ ਆ ਕਿ ਅਸੀਂ ਸਰਕਾਰ ਬਣਾ ਲਾਂਗੇ ਅਸੀਂ ਸੀਟ ਜਿੱਤ ਲਾਂਗੇ ਜਿੱਤਾਂਗੇ ਸਰਦਾਰ ਵਰਦੇਵ ਸਿੰਘ ਮਾਨ ਜਿੰਦਾਬਾਦ ਕੀ ਮੰਨਦੇ ਹੋ ਕਿ ਨਹੀਂ ਲੀਡ ਤੇ ਜਿੱਤ ਰਿਹਾ ਮੈਂ ਤਾਂ ਕੱਲ ਵੀ ਮੇਰੇ ਫੇਸਬੁੱਕ ਪੇਜ ਤੇ 80000 ਵੋਟਾਂ ਦਾ ਪਾਇਆ ਜੇ ਕਿਸੇ ਨੂੰ ਬਾਅਦ ਚ ਕੋਈ ਸ਼ੱਕ ਹੋਵੇ ਤਾਂ 80000 ਵੋਟਾਂ ਵਰਦੀਪ ਸਿੰਘ ਮਾਨ ਨੂੰ ਪਾਈ ਬਿਲਕੁਲ ਜੀ ਆਨ-ਦ-ਬੋਰਡ ਹੈ ਕਹਿੰਦੇ ਫੇਸਬੁੱਕ ਤੇ ਪਾਇਆ 80000 ਦੇ ਕਰੀਬ ਜਿਹੜੀ ਵੋਟ ਹੈ ਵਰਦੀਪ ਸਿੰਘ ਮਾਨ ਨੂੰ ਪਾਊਗੀ ਜੂਤ ਦੇ ਵਿੱਚ ਜਿਹੜਾ ਹੈਗਾ ਜੋਸ਼ ਹੈਗਾ ਲਗਾਤਾਰ ਲੋਕਾਂ ਦੇ ਵਿੱਚ ਵਿਚਰਾਇਆ ਜਾ ਰਿਹਾ ਮਾਨ ਪਰਿਵਾਰ ਵੱਲੋਂ ਕੱਲ ਨੂੰ ਜਿਹੜਾ ਪ੍ਰਚਾਰ ਹੈ ਬੰਦ ਹੋ ਜਾਊਗਾ ਕੋਸ਼ਿਸ਼ ਕਰਾਂਗੇ ਅੱਜ ਬਾਕੀ ਉਮੀਦਵਾਰਾਂ ਦੇ ਪਰਿਵਾਰਾਂ ਨਾਲ ਵੀ ਮਿਲ ਕੇ ਗੁਰੂ ਹਰਸਾਹਿਬ ਲਾਈਵ ਤੇ ਦਿਖਾਇਆ ਜਾਏ ਵੱਖ-ਵੱਖ ਲੀਡਰਾਂ ਦੇ ਜਿਹੜੇ ਪਰਿਵਾਰਕ ਮੈਂਬਰ ਹੈਗੇ ਆ ਕਿਸ ਤਰੀਕੇ ਪ੍ਰਚਾਰ ਕਰ ਰਹੇ ਆ ਵੱਖ-ਵੱਖ ਪਿੰਡਾਂ ਦੇ ਵਿੱਚ ਤਸਵੀਰਾਂ ਦਿਖਾ ਦਿੰਦੇ ਆ ਵੱਡੇ ਕਾਫਲੇ ਲੈ ਕੇ ਡੋਰ ਤੋਂ ਡੋਰ ਪ੍ਰਚਾਰ ਹੋ ਗਿਆ ਜਿੱਥੇ ਵੱਡੇ ਰੈਲੀਆਂ ਹੋਈਆਂ ਜਲਸੇ ਹੋਏ ਵੱਡੇ ਲੀਡਰ ਆਏ ਸ਼ਹਿਰ ਦੇ ਵਿੱਚ ਕਾਂਗਰਸ ਦੀ ਰੈਲੀ ਹੁੰਦੀ ਆ ਲੀਡਰ ਆਉਂਦੇ ਆ ਅਕਾਲੀ ਦਲ ਦੀ ਰੈਲੀ ਹੁੰਦੀ ਆ ਲੀਡਰ ਆਉਂਦੇ ਆ ਭਗਵੰਤ ਮਾਨ ਆਉਂਦੇ ਆ ਪਰ ਫਿਲਹਾਲ ਹੁਣ ਜਿਹੜਾ ਪ੍ਰਚਾਰ ਹੈ ਡੋਰ ਤੋਂ ਡੋਰ ਹੈ ਇੱਕ-ਇੱਕ ਵੋਟਰ ਤੱਕ ਇੱਕ-ਇੱਕ ਵੋਟਰ ਤੱਕ ਸੰਪਰਕ ਸੱਦਿਆ ਜਾ ਰਿਹਾ ਹਰੇਕ ਪਾਰਟੀ ਵੱਲੋਂ ਡੋਰ ਤੋਂ ਡੋਰ ਜਾ ਕੇ ਸੰਪਰਕ ਸੱਦਿਆ ਜਾ ਰਿਹਾ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਹਰਸਾਹਿਬ ਲਾਈਵ ਕੈਮਰਾ ਪਰਸਨ ਕਰਮੀਤ ਦੇ ਨਾਲ ਮੈਂ ਸਤਪਾਲ ਥਿੰਦ ਪਿੰਡ ਮੋੜਕੇ ਹਾ